ਅੱਜ ਤੇਰਾ ਬੰਦਾ ਘਾਹ ਵਠੇ ਨਾ ਬੈਠੇ ਨਾ ਅੱਜ ਇਹਨਾਂ ਮੈਂ ਘਾਹ ਸਾਰਾ ਚਾਹ ਦੇਸਾਂ ਤੇ ਸਾਡੀ ਖਾਏ ਮੇਰਾ ਗਾਹ ਕਿਹੜੇ ਗਿਆ ਓਏ ਮੈਂ ਇਤਨਾ ਗਾਹ ਵੱਡੀ ਖੜਾ ਮੀ ਓ ਕਿਹੜੇ ਗਿਆ ਗਾਹ ਮੇਰਾ ਕਿਹੜੇ ਗਿਆ ਓ ਚਾਚਾ ਉਰੇ ਆਵੇ ਓ ਉਰੇ ਤਾਂ ਯਾਰ ਓ ਮੇਰਾ ਇੱਥੇ ਗਾਹ ਵੱਡੇ ਪਿਆ ਗਾਹ ਕੌਣ ਲੈ ਗਈ ਚੋਰੀ ਹੋ ਗਿਆ ਕਿਸੇ ਬੰਦੇ ਨੂੰ ਵੇਖਿਆ ਤੂੰ ਬੰਦਾ ਵੇਖਿਆ ਹੋਰ ਕੌਣ ਸੀ ਕੋਈ ਵੀ ਅੱਛਾ ਵੇਖ ਲੈਨੇ ਆ ਫਿਰ ਗਿਆ ਮੇਰਾ ਗਾਹ ਚਾਹਿਆ ਨਾ ਮੈਨੂੰ ਇੱਕ ਵਾਰੀ ਚੋਰ ਇੱਥੇ ਆ ਵਣੇ ਮੈਂ ਉਹਦੀਆਂ ਲੱਤਾਂ ਬਾਹਾਂ ਬੰਨ ਕੇ ਅੰਬ ਦੇ ਟਾਂਗ ਖੜਾਈ ਸਾਂ ਅੱਜ ਤਾਂ ਮੈਂ ਚੌਧਰੀ ਸ਼ਬਾਨ ਨੂੰ ਆਦਾਂ ਡੇਲੀ ਦਾ ਮੇਰਾ ਗਾਹ ਚੋਰੀ ਹੋ ਵੈਂਦਾ ਮੈਨੂੰ ਸ਼ੱਕ ਇਸੇ ਬੰਦੇ 'ਤੇ ਮੈਂ ਉੱਥੇ ਬੰਨ ਕੇ ਚੌਧਰੀ ਨੂੰ ਆਦਾਂ ਉਸ ਬੰਦੇ ਨੂੰ ਪਕੜਵਾ ਕੇ ਅਤੇ ਉਹਨੂੰ ਮਰਵਾਉਣਾ ਉਹ ਚੌਧਰੀ ਸ਼ਬਾਨ ਮੈਂ ਵੈਨਾ ਉਹਦੇ ਕੋਲੋਂ ਅਤੇ ਬੰਦਾ ਵੀ ਨਾਲ ਉਹਨਾਂ ਦਾ ਬੈਠਾ ਸੀ ਆ ਆਪੇ ਕੋਈ ਨਾ ਕੋਈ ਤਾਂ ਫੈਸਲਾ ਕਰਿਆ ਸੀ ਮੇਰਾ ਡੇਲੀ ਦਾ ਗਾਹ ਚੋਰੀ ਹੋ ਵੈਂਦਾ ਯਾਰ ਇਹ ਕੋਈ ਤੁੱਕ ਬਣਦਾ ਚੌਧਰੀ ਸਾਹਿਬ ਅੱਜ ਮੈਨੂੰ ਬੰਦਾ ਪਕੜ ਕੇ ਦੇ ਸਨ ਅਸਲਾਮ ਵਾਲੇਕੁਮ ਚੌਧਰੀ ਸਾਹਿਬ ਚੌਧਰੀ ਸ਼ਬਾਨ ਸਾਹਿਬ ਕੀ ਹਾਲ ਹੈ ਠੀਕ ਹੋ ਚੌਧਰੀ ਸਾਹਿਬ ਖੁਸ਼ ਹੋ ਤਬੀਅਤ ਸੀ ਠੀਕ ਹੈ ਚੌਧਰੀ ਸਾਹਿਬ ਗੱਲ ਹੈ ਇਵੇਂ ਮੇਰਾ ਅੱਜ ਤੀਸਰਾ ਦਿਨ ਹੈ ਗਾਹ ਮੇਰਾ ਚੋਰੀ ਹੋ ਵੈਂਦਾ ਠੀਕ ਹੈ ਸ਼ੱਕ ਹੈ ਇੱਕ ਬੰਦੇ 'ਤੇ ਠੀਕ ਹੈ ਨਾ ਮੈਂ ਉਹਨੂੰ ਫੜ ਕੇ ਉਹਦੀਆਂ ਲੱਤਾਂ ਬਾਹਾਂ ਤੋੜਨੀਆਂ ਨੇ ਲੱਤਾਂ ਬਾਹਾਂ ਨਾ ਤੋੜੋ ਤੁਸੀਂ ਚੁੱਪ ਕਰਦੇ ਆ ਗਏ ਹੋ ਜੀ ਅੱਲਾਹ ਦੀ ਮਿਹਰਬਾਨੀ ਨਾਲ ਹੁਣ ਤੁਹਾਡਾ ਅੱਛਾ ਹੀ ਫੈਸਲਾ ਹੋ ਸੀ ਚੌਧਰੀ ਸਾਹਿਬ ਜਿਹੜਾ ਵੀ ਫੈਸਲਾ ਕਰੇਂਦੇ ਹੋ ਕਰੋ ਲੇਕਿਨ ਮੈਂ ਤਾਂ ਤੰਗ ਆਇਆ ਖਾਣਾ ਮੈਂ ਗਾਹ ਵੱਡ ਵੱਡ ਥੱਕ ਪਾਉਣਾ ਮੇਰਾ ਗਾਹ ਚੋਰੀ ਹੋ ਵੈਂਦਾ ਡੇਲੀ ਅੱਲਾਹ ਚੌਧਰੀ ਸਾਹਿਬ ਉਹ ਜਿਹੜਾ ਨੀ ਆਪਣਾ ਚਾਚਾ ਰਹੀਮਣ ਵਾਦਾ ਜੀ ਹਾਂ ਉਹ ਕੋ ਸੜਾਓ ਠੀਕ ਹੈ ਉਹ ਮੈਂ ਕੁਛ ਆ ਕੇ ਉਹਦੇ ਦੇ ਉਹਦੇ ਕੋਲ ਪੁੱਛੋ ਗਾਹ ਫਤਿਹਮੰਦ ਉਰੇ ਆ ਗੱਲ ਸੁਣ ਠੀਕ ਹੋ ਬੱਚੇ ਰਾਜ਼ੀ ਉਹ ਕਈ ਪੱਠਿਆਂ ਦਾ ਰੋਲਾ ਪਿਆ ਪਿਆ ਉਹ ਭਾਈ ਮੈਂ ਕੁਛ ਸਾਖੀ ਚਾਹਨ ਇਸੇ ਚਾਹਨ ਇਸੇ ਚਾਹਨ ਪਰ ਤੁਸੀਂ ਇਹ ਕੰਮ ਕਰੋ ਦੂਆ ਇਸ ਨੂੰ ਜੁਰਮਾਨਾ ਪਾਓ ਜੁਰਮਾਨਾ ਪੈ ਗਿਆ ਹਾਂਜੀ 2000 ਤੂੰ ਚਾ ਭਰ ਉਹ ਆ ਦਿੱਤਾ ਹੈ ਚਾਹਨ ਉਹ ਆ ਦੇ ਮੈਂ ਕਹਿਣੀ ਚਾਹੇ ਤੂੰ ਆ ਦੀ ਊ ਚਾਹਨ ਇਸੇ ਚਾਹਨ ਤੁਸੀਂ 2000 ਰੁਪਿਆ ਜੁਰਮਾਨਾ ਇੱਕ ਦੂਜੇ ਉਹ ਮੈਂ ਕੋ ਦਿਓ ਤੇ ਆਪਾਂ ਅੱਲਾ ਦੀ ਮਿਹਰਬਾਨੀ ਨਾਲ ਤੇ ਕੋਈ ਦੇ ਸੁਰਾਜ਼ੀ ਕਰੇ ਸੋ ਉਹ ਕੋਈ ਕਰੇ ਠੀਕ ਹੋ ਗਿਆ ਠੀਕ ਹੈ ਚੌਧਰੀ ਸਾਹਿਬ ਇਹ ਮੇਰੇ ਪੈਸੇ ਨੇ ਅਗਵਾਨ ਠੀਕ ਹੈ ਨਾ ਇਹ ਲੈ ਲਓ ਤੁਸੀਂ ਆਓ ਜੀ ਠੀਕ ਹੈ ਜੀ ਇਹ ਮੇਰੇ ਪੱਠਿਆਂ ਦਾ ਫੈਸਲਾ ਹੋਣਾ ਚਾਹੀਦਾ ਅਗਰ ਮੈਂ ਕੂੜਾ ਤਾਂ ਮੈਂ ਪੈਸੇ ਬਸ਼ਕੇ ਜੇ ਅਗਰ ਮੈਂ ਸੱਚ ਹੋਇਆ ਤਾਂ ਮੈਂ ਡਬਲ ਟ੍ਰਿਪਲ ਪੈਸੇ ਲਵਾਂਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਤੂੰ ਬੰਦੋ ਬਿਸਤਰਾ ਕਰ ਠੀਕ ਹੈ ਜੀ ਠੀਕ ਹੈ ਘਾਹ ਚੋਰੀ ਕਰ ਆਇਆ ਭੈਣ ਨੂੰ ਪਤਾ ਵੀ ਨਹੀਂ ਲੱਗਾ ਚਲੋ ਜਲਦੀ ਜਲਦੀ ਟੋਕ ਲਵਾਂ ਡੰਗਰਾਂ ਨੂੰ ਪਾ ਲਵਾਂ ਅਤੇ ਮੈਂ ਤਾਂ ਕੋਈ ਤੂੰ ਆ ਨਾ ਮੈਨੂੰ ਰੇਤ ਲਿਆ ਨਾ ਚਾਚੇ ਰਹੀਮਣ ਦੇ ਭਤੀਜੇ ਦੇ ਘਰ ਘਾਹ ਚੈੱਕ ਕੀਤੀ ਆ ਮੈਂ ਚੌਧਰੀ ਨੂੰ ਆਖ ਤਾਂ ਦਿੱਤਾ ਲੇਕਿਨ ਮੈਨੂੰ ਸ਼ੱਕ ਹੈ ਉਹਦਾ ਤਾਂ ਗਾਹ ਇੱਕ ਹੋਰ ਨਹੀਂ ਅਤੇ ਗਾਹ ਟੋਕਾ ਟੁਕੀਂਦਾ ਪੀ ਆਏ ਹੋਣੇ ਮਸ਼ੀਨ ਚੱਲਦੀ ਖੜੀ ਆਈ ਮੈਂ ਪਹਿਲੇ ਵਾਂਗ ਕੇ ਚੈੱਕ ਕੀਤੀ ਆ ਵਾ ਮੈਨੂੰ ਬਾਈ ਜਾਨ ਤੇਰੇ ਤੇ ਪਹਿਲੇ ਸ਼ੱਕ ਆਏ ਠੀਕ ਹੈ ਮੈਂ ਤੇਰੇ ਚਾਚੇ ਕੋਲ ਗਈ ਹਾਂ ਮੇਰਾ ਗਾਹ ਅੱਜ ਚੌਥੀ ਦਿਹਾੜ ਚੋਰੀ ਹੁੰਦਾ ਖੜਾ ਠੀਕ ਹੈ ਮੈਂ ਚੌਧਰੀ ਸਾਹਿਬ ਦੇ ਰਹੀ ਗਈ ਹਾਂ ਮੈਂ ਗਾਹ ਮੁੱਲ ਲੈ ਤੇ ਆਇਆ ਮੁੱਲ ਲੈ ਕੇ ਕਿਹੜੇ ਬੰਦੇ ਕੋਲ ਲੈ ਕੇ ਚੱਲ ਮੈਨੂੰ ਬੰਦਾ ਦਿਖਾ ਚੱਲ ਚੱਲ ਵਾਹ ਬਾਈ ਵਾਹ
मेरी गाल सुन मैं हुण ते बड़ा हया किते मैं तेरे पिछलियां को देख देना उन्हां नाल मेरी सलाम दुआ ठीक है ते इयो जा काम ना करो माल को क्यों हराम खवेंदे जे आई समझ नाल चोर नाल चतर ए काम नी करी लांदा पहले तुसा इंदे कोल पुछो ए साहब देखे नाल वेखे ओ आदे मैं घा बढेंदे को मैं चल साहब मैं घा टुके ना खड़ा मैं वेख के आया ओ घा दा देख मशीन ते गिया पी आई मेहरबानी करो कोई सारी चिट्टी दाढ़ी को देखो आई समझ एन दा यो जा काम ना करो मैं तो कितनी बारी आखे हैं ठीक है सर अगर तू सा आ देवे ते इंदा फैसला होण यो होवे मेरी सुनो गाल तोडा ओ घा खड़े ना जे आ ओ किला घा दा है जड़ा उंदे च भी गाय पुडो चौधरी साहब मैं वड्ढा ही नहीं तो मैंने विघा ही दे ओ हुण मौजूद तपे पहले तू मन्नी बैठी जे भाई मैं मेरे मशीन ते मेरा घा पे किया हुण तू आधी जे मैं वड्ढा कह नहीं शरीफ आदमी चलो एक बार इंसान को गलती थी पहले नंबर ही को माफ कर दो गरीब आदमी कोई डर नहीं वाल तुहाडा फेल है सुनदा नहीं बैठा ठीक है चौधरी ठीक है अल्लाह तो हाज करा दे नाल खैर दे वजो एक दफा मैनू छोड़ने के खुट्टी कौड़ी कैन दे दंगा जी।